ਇਦੰਗ ਚੈਨਲ ਦੇਖਣ ਤੇ ਸੁਣਨ ਵਾਲਿਆਂ ਨੂੰ ਅਸਲਾਮੁਅਲੈਕਮ ਸ਼ੁਰੂ ਕਰਦੇ ਹਾਂ ਉਸ ਰੱਬ ਦੇ ਨਾਮ ਨਾਲ ਜੋ ਬਹੁਤ ਹੀ ਰਹਿਮ ਕਰਨ ਵਾਲਾ ਕਿਰਪਾਲੂ ਅਤੇ ਦਿਆਲੂ ਹੈ ਅੱਜ ਗੱਲ ਕਰਾਂਗੇ ਇਸ਼ਕ ਦੀ ਮੰਜ਼ਿਲ ਇਸ਼ਕ ਦੀ ਮੰਜ਼ਿਲ ਬਹੁਤ ਹੀ ਦੂਰ ਹੈ ਐਡੀ ਦੂਰ ਨਹੀਂ ਕਿ ਅਸੀਂ ਉਸ ਨੂੰ ਪਾ ਨਾ ਸਕੀਏ ਇਨਸਾਨ ਦੇ ਅੰਦਰ ਹੀ ਉਸ ਦੀ ਮੰਜ਼ਿਲ ਨੂੰ ਤੈਅ ਕਰਨ ਦਾ ਰਾਸਤਾ ਹੈ ਕੋਈ ਬਾਹਰੋਂ ਰਾਸਤਾ ਨਹੀਂ ਹੈ ਇਨਸਾਨ ਉਸ ਨੂੰ ਉਸ ਰੱਬ ਦੀ ਜ਼ਾਤ ਨੂੰ ਮੰਦਰਾਂ ਮਾਜ਼ਿਦਾਂ ਗੁਰਦੁਆਰਿਆਂ 'ਚ ਚਰਚਾਂ 'ਚ ਲੱਭਦੇ ਨੇ ਉਹ ਮੰਦਰਾਂ ਗੁਰਦੁਆਰਿਆਂ ਚਰਚਾਂ 'ਚ ਮਾਜ਼ਿਦਾਂ 'ਚ ਨਹੀਂ ਹੈਗਾ ਤੇ ਕਿੱਥੇ ਹੈ ਉਹਦਾ ਮਕਾਮ ਇਨਸਾਨ ਦੇ ਦਿਲ ਦੇ ਵਿੱਚ ਹੈ ਉਹ ਬੈਠਾ ਸੱਤ ਅਸਮਾਨਾਂ ਪਾਰ ਹੈ ਬੈਠਾ ਸੱਤ ਅਸਮਾਨਾਂ ਪਾਰ ਹੈ ਅਗਰ ਕੋਈ ਚਾਹੁੰਦਾ ਮੈਂ ਉਸ ਨੂੰ ਮਿਲ ਸਕਾਂ ਉਸ ਰੱਬ ਦੇ ਦیدار ਕਰ ਸਕਾਂ ਤਾਂ ਉਹਦੇ ਅੰਦਰੋਂ ਹੀ ਅਲਖ ਜਗਾਉਣੀ ਪੈਂਦੀ ਹੈ ਕੌਣ ਜਗਾਊਗਾ ਉਹ ਕਾਮਿਲ ਮursid ਜਗਾਊਗਾ ਕਾਮਿਲ ਮursid ਅਲਖ ਜਗਾਊਗਾ ਅਲਖ ਦਿਲ ਦਾ ਰੋਸ਼ਨ ਕਰਨਾ ਉਸ ਦੇ ਇਸ਼ਕ ਨਾਲ ਉਸ ਦੀ ਮੁਹੱਬਤ ਨਾਲ ਆਪਣੇ ਦਿਲ ਨੂੰ ਰੋਸ਼ਨ ਕਰਨਾ ਇਹ ਦਿਲ ਰੋਸ਼ਨ ਕਦ ਹੋਊਗਾ حضرت ਸਰਕਾਰ ਮੀਰਾ ਗੋਸਪਕ عبد القادر شاہ ਜ਼ਲਾਨੀ ਮਹਿਬੂਬ ਸਭਾਨੀ ਕਹਿੰਦੇ ਨੇ ਕਿ ਜੇ ਇਨਸਾਨ ਮੌਤ ਤੋਂ ਪਹਿਲਾਂ ਆਪਣੇ ਆਪ ਨੂੰ ਮਾਰ ਲਵੇ ਇਸ ਦੁਨੀਆਦਾਰੀ ਦੀ ਹਰ ਚਾਹਤ ਨੂੰ ਇਸ ਤੇ ਕੋਈ ਉਮੀਦ ਨਾ ਰੱਖੇ ਇਹ ਸਿਰਫ ਇੱਕ ਦਿਖਾਵਾ ਹੈ ਤੱਕਬਰ ਰੱਖੇ ਸਿਰਫ ਤੇ ਸਿਰਫ ਆਪਣੇ ਰੱਬ ਦੀ ਜ਼ਾਤ ਤੇ ਆਪਣੇ ਮੁਰਸ਼ਦ ਦੀ ਜ਼ਾਤ ਨਾਲ ਆਪਣੀਆਂ ਖਵਾਇਸ਼ਾਂ ਆਪਣੀਆਂ ਚਾਹਤਾਂ ਦਾ ਖਾਤਮਾ ਕੀਤੇ ਤੋਂ ਬਿਨਾ ਇਨਸਾਨ ਦਾ ਨਫਸ ਨਹੀਂ ਮਰਨਾ ਰੱਬ ਦਾ ਕੁਰਬ ਆਪਣੀਆਂ ਚਾਹਤਾਂ ਹਸਰਤਾਂ ਨੂੰ ਮਾਰ ਕੇ ਹੀ ਹਾਸਲ ਹੁੰਦਾ ਹੈ ਆਪਣੇ ਇਰਾਦਿਆਂ ਨੂੰ ਮਾਰ ਲਵੋ ਰੱਬ ਦੀ ਰਜ਼ਾ ਵਿੱਚ ਉਸ ਦੀ ਮਰਜ਼ੀ ਵਿੱਚ ਹੀ ਸਮਝ ਲੋ ਸਭ ਕੁਝ ਹੈ ਜਿਸ ਹਾਲ ਚ ਉਸ ਦਾ ਰੱਬ ਰੱਖੇ ਉਹਦੀ ਰਜ਼ਾ ਸਮਝ ਕੇ ਸ਼ੁਕਰ ਤੇ ਸਬਰ ਦਾ ਇਨਸਾਨ ਗਹਿਣਾ ਪਾ ਲਵੇ ਇਹੋ ਮੰਜ਼ਲਾਂ ਨੇ ਜੋ ਫਕਰ ਫਕੀਰ ਦਰਵੇ ਸਾਂਹ ਲੋਕ ਤੈ ਕਰਦੇ ਨੇ ਦੁਨੀਆ ਤੋਂ ਕਿਨਾਰਾ ਕਰਕੇ ਭੁੱਖੇ ਪਿਆਸੇ ਰਹਿ ਕੇ ਤਨ ਦੇ ਵਿੱਚ ਜੈਸੇ ਕੱਪੜੇ ਮਿਲ ਗਏ ਉਸੇ ਪਾ ਲੈ ਉਹਦੀ ਰਜ਼ਾ ਉਹਦੀ ਰਜ਼ਾ 'ਚ ਰਹਿਣਾ ਹਰ ਹਰ ਵਕਤ ਆਪਣੇ ਮਾਲਕ ਨੂੰ ਹੱਥ ਡੋਰ ਫੜਾ ਕੇ ਮੈਂ ਗੁੱਡੀ ਹੱਥ ਡੋਰ ਖਸਮ ਦੇ ਜਿਵੇਂ ਰੱਖਿਓ ਮੈਂ ਰਹਿਣਾ ਵਾਜਬ ਨਹੀਂ ਵਿੱਚ ਸ਼ਰਾ ਦੇ ਫਿਰ ਮੰਦਾ ਚੰਗਾ ਕਿਸੇ ਨੂੰ ਕਹਿਣਾ ਕਿਸ ਤਰ੍ਹਾਂ ਸਿਰਫਰਾ ਆਸ਼ਕ ਜੋ ਉਸ ਨੂੰ ਹਰ ਥਾਂ ਆਪਣਾ ਰੱਬ ਹੀ ਦਿਖਦਾ ਥਾ ਰੱਬ ਨੂੰ ਇੰਨਾ ਕਰੀਬ ਸਮਝਦਾ ਥਾ ਕਿ ਉਹ ਦੇਖਦਾ ਵੀ ਮੇਰਾ ਰੱਬ ਮੇ ਨਾਲ ਗੱਲਾਂ ਕਰਦਾ ਤਾਂ ਇੱਕ ਕਾਜ਼ੀ ਨਾਲ ਉਸ ਦਾ ਸਾਹਮਣਾ ਹੁੰਦਾ ਕਾਜ਼ੀ ਕਹਿੰਦਾ ਦੱਸ ਵੀ ਤੇਰਾ ਕੀ ਮਕਾਮ ਹੈ ਇਸ਼ਕ ਦੇ ਚ ਵੀ ਤੇਰਾ ਇਸ਼ਕ ਵਿੱਚ ਕੀ ਮਕਾਮ ਹੈ ਇਹ ਤੂੰ ਖਰਕਾ ਪਾਈ ਫਿਰਦਾ ਤੇਰਾ ਕੀ ਮਕਾਮ ਹੈ ਇਸ ਕਾਜੀ ਨੂੰ ਆਪਣੇ ilm ਤੇ gyan ਤੇ ਵੱਡਾ تکبر ਥਾ ਤਾਂ ਉਹ ਕਹਿਣ ਲੱਗਿਆ ਪਹਿਨ ਲਿਆ ਇਸ਼ਕ ਦਾ ਮੈਂ ਚੋਲਾ ਜਿਹੜਾ ਕਦੇ ਵੀ ਮੈਲਾ ਨਾ ਹੋਵੇ ਮਿਲਿਆ ਉਹ ਮਹਿਬੂਬ ਸੀ ਪਿਆਰਾ ਜਿਹੜਾ ਮੇਤੋਂ ਕਦੇ ਵੀ ਜੁਦਾ ਨਾ ਹੋਵੇ ਉਹਨਾਂ ਦੋਨਾਂ ਦੀ ਟਕਰਾਰ ਦੇ ਵਿੱਚ ਹਜ਼ਰ ਨਿਜ਼ਾਮਉਦੀਨ ਔਲੀਆ ਮਹਿਬੂਬੇ ਇਲਾਹੀ ਆ ਜਾਂਦੇ ਨੇ ਕਹਿੰਦੇ ਕਾਜੀ ਸਾਹਿਬ ਤੁਸ ਦੇ ਮਰਾਤਵੇ ਨੂੰ ਨਹੀਂ ਜਾਣਦਾ ਇਹ ਜਿੱਧਰ ਵੀ ਦੇਖਦਾ ਇਹਨੂੰ ਰੱਬ ਹੀ ਨਜ਼ਰ ਆਉਂਦਾ ਹੈ ਇਹ ਜਿੱਧਰ ਦੇਖਦਾ ਇਹਨੂੰ ਰੱਬ ਹੀ ਨਜ਼ਰ ਆਉਂਦਾ ਰੱਬ ਤੋਂ ਸਿਵਾ ਇਹਨੂੰ ਕੁਝ ਹੋਰ ਨਜ਼ਰ ਆਉਂਦਾ ਨਹੀਂ ਹੈ ਸੁਲਤਾਨੁਲ ਆਲਫੀਨ ਕਲਾਮ ਲਿਖਦੇ ਨੇ ਜਿਸ ਮੰਜ਼ਲ ਨੂੰ ਇਸ਼ਕ ਪਹੁੰਚਾਵੇ ਇਮਾਨ ਨੂੰ ਖਬਰ ਕੋਈ ਹੋ ਇਮਾਨ ਨੂੰ ਖਬਰ ਨਹੀਂ ਹੈ ਜਿੱਥੇ ਇਸ਼ਕ ਪਹੁੰਚ ਜਾਂਦਾ ਮੇਰਾ ਇਸ਼ਕ ਸਲਾਮਤ ਰਖਮੀਆਂ ਬਾਹੂ ਮੈਂ ਇਮਾਨੋ ਦੇਮਾ ਦੁਹਾਈ ਹੂ ਇਸ਼ਕ ਨੂੰ ਪੌਣਾ ਅੱਜ ਦੇ ਸਮੇਂ ਜੋ ਅੱਜ ਚੱਲ ਰਿਹਾ ਬਹੁਤ ਮੁਸ਼ਕਿਲ ਹੈ ਪਰ ਇੱਡਾ ਮੁਸ਼ਕਿਲ ਨਹੀਂ ਕਿ ਇਨਸਾਨ ਉਸ ਨੂੰ ਹਾਸਲ ਨਹੀਂ ਕਰ ਸਕਦਾ ਸਿਰਫ ਕੀ ਹੈ ਕਿ ਦੁਨੀਆ ਦਾ ਚਾਹਤਾਂ ਦਾ ਹਸਰਤਾਂ ਦਾ ਆਪਣੀਆਂ ਤਮੰਨਾ ਦਾ ਇਨਸਾਨ ਗਲਾ ਘੁੱਟ ਦੇਵੇ ਜਿਹੜੇ ਇਨਸਾਨ ਨੇ ਫਕਰ ਫਕੀਰੀ ਹਾਸਲ ਕਰਨੀ ਅਗਰ ਉਹ ਇਹ ਚੀਜ਼ਾਂ ਤੇ ਅਮਲ ਕਰ ਦੇ ਇਹ ਚੀਜ਼ਾਂ ਅਪਣਾਉਂਦਾ ਤਾਂ ਇਨਸ਼ਾਅੱਲਾ ਉਹ ਇਸ਼ਕ ਦੀ ਮੰਜ਼ਿਲ ਹਾਸਲ ਕਰ ਲਿੰਦਾ ਆਸ਼ਕ ਆਸ਼ਿਕ ਹੋਮੀ ਉਹਦਾ ਇਸ਼ਕ ਕਮਾਵੀ ਦਿਲ ਰੱਖੀ ਬਾਗ ਪਹਾੜਾਂ ਸਜਦੇ ਵਿੱਚੋਂ ਸਿਰ ਨਾ ਚੁੱਕੀ ਭਾਵੇਂ ਕਾਫਰ ਕਹਿਨ ਹਜ਼ਾਰਾਂ ਹਜ਼ਰ ਤੇਰੇ ਵਿੱਚ ਅੱਖੀਆਂ ਵਰਸਣ ਜਿਵੇਂ ਮੀਹ ਸਾਬੰਦੀਆਂ ਕਨੀਆਂ ਜਿਸ ਨੂੰ ਇਹ ਇਸ਼ਕ عطا ਹੋ ਜਾਂਦਾ ਹੈ ਉਹ ਨੂੰ ਸੋਲੀ ਤੇ ਵੀ ਅਗਰ ਕੋਈ ਸਰ ਕਲਮ ਕਰ ਦਵੇ ਉਸ ਦਾ ਤਾਂ ਉਹ ਨੂੰ ਮੌਤ ਨਹੀਂ ਹੈਗੀ ਆਸ਼ਕ ਕਦੇ ਮਰੀਆ ਨਹੀਂ ਕਰਦੇ ਫਕਰ ਫਕੀਰ ਕਦੇ ਮਰੀਆ ਦੀ ਕਰਦੇ ਇਹ ਕਰਦੇ ਨੇ ਪਰਦਾ ਪੋਸ਼ੀ ਇਸ ਜਹਾਂ ਤਰੀਕਤ ਅੰਦਰ ਰਹਿੰਦੇ ਸਦਾ ਖਾਮੋਸ਼ੀ ਸੋ ਦੁਆ ਕਰੋ ਉਸ ਰੱਬੇ ਕਾਇਨਾਤ ਅਗੇ ਉਸ ਮਾਲਕ ਅੱਗੇ ਸਰਕਾਰ ਮੀਰਾ ਗੋਸਪਾਕ ਸਰਕਾਰ ਅੱਗੇ ਕਿ ਸਾਡਾ ਇਸ਼ਕ ਵੀ ਸਲਾਮਤ ਰੱਖੀ ਸਾਡੀਆਂ ਤਮੰਨਾ ਹਸਰਤਾਂ ਦਾ ਅਸੀਂ ਆਪਣੀ ਜ਼ਿੰਦਗੀ ਆਪ ਤੋਂ ਨੀਵੇਂ ਨੂੰ ਦੇਖ ਕੇ guzariye ਗਰੀਬਾਂ ਦੇਖ ਕੇ ਜ਼ਿੰਦਗੀ guzariye ਆਪਣੇ ਆਪ ਨੂੰ ਕਹਿੰਦੇ ਜੇ ਫਨਾ ਨਹੀਂ ਕੀਤਾ ਤਾਂ ਬਕਾ ਦਾ ਪਤਾ ਨਹੀਂ ਚੱਲਦਾ ਫਨਾ ਬਿਨਾ ਬਕਾ ਦਾ ਪਤਾ ਨਹੀਂ ਮਿਲਦਾ ਹੈਗਾ ਬਕਾ ਬਜ਼ੂਦ ਆਪਣੇ ਆਪ ਨੂੰ ਖਤਮ ਕਰਾਂਗੇ ਆਪਣੀ ਮੈਂ ਮਾਰਾਂਗੇ ਤਾਂ ਆਪਣੇ ਵਕਾ ਦਾ ਪਤਾ ਲੱਗੂਗਾ ਫਿਰ ਪਤਾ ਲੱਗੂ ਕਿ ਆਪਾਂ ਕਿਸ ਮੁਕਾਮ ਤੇ ਆਂ ਅਜਲੀ ਨਾ ਹੀ ਕਾਫੀ ਇਸ ਨੂੰ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਦੁਨੀਆ ਇੱਕ ਫਾਨੀ ਹੈ ਇਸ ਨਾਲ ਲਗਾਉਣੀ ਲਗਾਉਣਾ ਉਹ ਜਿਸ ਮਾਲਕ ਨੇ ਦੁਨੀਆ ਬਣਾਈ ਉਸ ਦੇ ਇਸ਼ਕ ਨੂੰ ਕਮਾਉਣਾ ਸਾਂ ਅੱਲਾਹ ਪਾਕ ਆਪਾਂ ਨੂੰ ਤੋਫੀਕ ਬਖਸ਼ੇ ਆਪਾਂ ਨੂੰ ਸਦ ਬੁੱਧੀ ਬਖਸ਼ੇ ਇਸ ਗੱਲ ਦੇ ਕਿ ਸਾਡਾ ਉਹ ਜਿੰਨਾ ਵੀ ਸਾਡੇ ਅੰਦਰ ਇਸ਼ਕ ਹੈ ਉਹ ਕਬੂਲ ਕਰ ਲਵੇ ਆਪਣੀ ਰਹਿਮਤ ਸਦਕੇ ਤਾਂ ਸਾਡੀ ਨਜ਼ਾਤ ਸਾਡੀ ਬਖਸ਼ਿਸ਼ ਲਈ ਇਹੀ ਕਾਫੀ ਹੈ ਅਸਲਾਮੁਅਲੈਕਮ